ਵੈਲਕਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਹਾਂ ਅੱਜ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕੱਲ ਨਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੀਕਰ ਪਹੁੰਚੇ ਸਭ ਤੋਂ ਪਹਿਲੇ। ਤੇ ਅੱਜ ਜਨਾਬ ਇੱਕ ਨੀਲੀ ਦਾ ਬ੍ਰਾਂਡ ਅੱਲਾ ਦੇ ਫਜ਼ਲੋ ਕਰਮ ਨਾਲ ਨਸਲਾਂ ਜ਼ਾਤਾਂ, ਇਹ ਮੇਰਾ ਕੈਮਰਾਮੈਨ ਚਾਰਜ ਫਿਰ ਇਨਸ਼ਾਅੱਲਾ ਤਸੱਲੀ ਕਰਵਾਵੇਗਾ। ਸੋਹਣਾ ਵਾਨਾ ਮਾਸ਼ਾਅੱਲਾ, ਪੂਰਾ ਮੁੱਠ ਮੁੱਠ ਦਾ ਥਾਣ ਪੂਰੀ ਜਨਾਬ ਵਿਰਲਾ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਛੋਟੀ ਇੱਕ ਹੱਡੀ ਮਾਸ਼ਾਅੱਲਾ, ਕੱਦ ਚੰਗਾ, ਲਾਮ ਚੰਗੀ, ਪੂਰੀ ਬਰੀਕ ਮਾਸ਼ਾਅੱਲਾ। ਬਾਕੀ ਜਨਾਬ ਨਿੱਕੀ ਨਿੱਕੀ ਸਿੰਘੀ, ਸੂਈ ਝੋਟੀ ਹੈ, ਕਦੋਂ ਸੂਈ ਹੈ, ਕਿੰਨਾ ਜਨਾਬ ਇਹ ਦੁੱਧ ਕਰਦੀ ਹੈ, ਇਹ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੇ ਲੈ ਕੇ ਦੇਣੀਆਂ ਨੇ। ਬਾਕੀ ਜਨਾਬ ਹੋਰ ਨੇ ਮਾਸ਼ਾਅੱਲਾ ਚਾਰੇ, ਜਿਵੇਂ ਜਨਾਬ ਘੋੜਿਆਂ ਦੇ ਸੁੰਭ ਹੁੰਦੇ ਨੇ, ਸਫੈਦ ਚਿੱਟੀ ਅੱਖ ਮਾਸ਼ਾਅੱਲਾ ਜਿਵੇਂ ਜਨਾਬ ਬਲਬ ਹੁੰਦੇ ਨੇ। ਬਾਕੀ ਜਨਾਬ ਧੁੰਨੀ ਕੋੜੀ ਤੋਂ ਸਾਫ਼ ਹੈ ਬਿਲਕੁਲ ਜਨਾਬ, ਚਾਰ ਸ਼ੋਰ ਮੇਰੇ ਕੈਮਰੇ ਨਜ਼ਰ ਹੈ, ਭਰਾਵਾਂ ਨੇ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ, ਮੇਰਾ ਕੈਮਰਾਮੈਨ ਅੱਲਾ ਦੇ ਫਜ਼ਲੋ ਕਰਮ ਨਾਲ ਤਸੱਲੀਆਂ ਕਰਵਾ ਰਿਹਾ। ਮਾਸ਼ਾਅੱਲਾ ਸੋਹਣਾ ਥਾਣ ਪੂਰੀਆਂ ਜਨਾਬ ਵਿਰਲਾਂ ਤੇ ਪੁੱਠਾ ਖੁੱਡਾ ਢਾਕ ਮੇਰੇ ਕੈਮਰੇ ਨਜ਼ਰ ਹੈ ਮਾਸ਼ਾਅੱਲਾ। ਬਾਕੀ ਜਨਾਬ ਲਾਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਂ ਨਸੀਬ ਦੇ, ਕੈਮਰਾਮੈਨ ਸਾਹਿਬ ਅੱਖ ਵਿਖਾਣੀ ਹੈ ਜਿਵੇਂ ਜਨਾਬ ਬਲਬ ਹੁੰਦਾ ਅੱਲਾ ਦੇ ਫਜ਼ਲੋ ਕਰਮ ਨਾਲ, ਬਿੱਲੀ ਅੱਖ ਮਾਸ਼ਾਅੱਲਾ, ਮੱਥਾ ਸਫੈਦ। ਬਾਕੀ ਕਤਰੀ ਕਤਰੀ ਸਿੰਘੀ ਮਾਸ਼ਾਅੱਲਾ, ਪਸ਼ਮ ਹੈ ਪੂਰੀ ਜਨਾਬ, ਗਿੱਠ ਗਿੱਠ ਕੰਨੀ ਮਾਸ਼ਾਅੱਲਾ। ਬਾਕੀ ਜਨਾਬ ਜੋ ਇਹਦਾ ਮਾਮਲਾਤ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੇ ਲੈ ਕੇ ਦੇਵਾਂਗੇ। ਲਓ ਲਾਲਾ ਜੀ ਇੱਧਰ ਅੱਗੇ ਆਓ, ਸਾਡੇ ਕੋਲ ਆਓ, ਲੈ ਨਿੱਕਿਆ ਅੱਗੇ ਆ ਜਾ, ਨਿੱਕਿਆ ਅੱਗੇ ਆ ਜਾ, ਲੈ ਨਿੱਕਿਆ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਆਵਾਜ਼ ਇਸੇ ਤਰ੍ਹਾਂ ਉੱਚੀ, ਤੇਰੀ ਆਵਾਜ਼ ਜਿਹੜੀ ਮੇਰੇ ਵੀਰਾਂ ਤੀਕਰ ਜਾਣੀ ਚਾਹੀਦੀ ਹੈ। ਇਹ ਝੋਟੀ ਆਪਣੀ ਸਭ ਤੋਂ ਪਹਿਲੇ ਦੱਸਣਾ, ਕਿੰਨਵਾਂ ਸੁਬਾਹ ਸੂਈ ਹੈ? ਪਹਿਲਾ ਵਾਰ। ਪੱਕੀ ਗੱਲ ਹੈ ਪਹਿਲਾਂ? ਪੱਕੀ ਗੱਲ। ਕਿੰਨੇ ਦਿਨ ਹੋ ਗਏ ਨੇ ਸੂਈ ਨੂੰ? ਅੱਜ 3 ਦਿਨ ਹੋ ਗਏ। ਅੱਜ 3 ਦਿਨ ਹੋ ਗਏ ਨੇ। ਇਹਦੇ ਥਣਾਂ ਦੇ ਵੇਖ ਕੋਈ ਘਾਟਾ ਵਾਧਾ, ਗੰਢ ਮਰੋੜੀ, ਛੱਟਾ ਫੁਹਾਰ, ਬਿਲਕੁਲ ਸੋਨੇ ਰੰਗੀ। ਇਹ ਹੁਣ ਸੂਈ ਖੜੀ ਹੈ, ਇਹਦੇ ਵਿੱਚ ਓਹਲਾ ਤਰਿਆ ਨਹੀਂ ਦਾ, ਠੀਕ ਹੈ। ਇਹਦੇ ਥੱਲੇ ਹਾਜ਼ਰ ਟਾਈਮ ਦੋ ਦੱਸਣੇ, ਜਿਹੜਾ ਦੋ ਟਾਈਮ ਅਸੀਂ ਚੁਆਈ ਕਰਕੇ ਕਿਸੇ ਵੀਰ ਨੂੰ ਤਸੱਲੀ ਕਰਵਾ ਲਈਏ। ਪੱਕਾ ਦੁੱਧ ਕਿੰਨਾ ਕਰਦੀ ਪਈ ਦੋ ਟਾਈਮ ਦਾ? ਪੱਕਾ ਦੁੱਧ ਇਸ ਟਾਈਮ ਬੋਲਾ ਬਣਦਾ, ਦੁੱਧ ਬਣਦਾ ਨਹੀਂ, 10 ਕਿਲੋ ਦੁੱਧ ਬੋਲਾ, 10 ਕਿਲੋ ਹੈ, ਠੀਕ ਹੋ ਗਿਆ। ਥਣ ਬਿਲਕੁਲ ਕਲੀਅਰ, ਸੋਨੇ ਵਰਗਾ, ਤੇ ਆ ਮਗਰ ਕੀ ਕੱਟੀ ਕੱਟਾ, ਆ ਮਗਰ ਕੱਟੀ ਹੈ, ਕੈਮਰਾਮੈਨ ਸਾਹਿਬ ਕੱਟੀ ਵਿਖਾਣੀ ਮਾਸ਼ਾਅੱਲਾ। ਲਓ ਜਨਾਬ ਬਾਕੀ ਇਹ ਗੱਲ ਹੁਣ ਕਰਨੀ ਹੈ, ਇਹਦਾ ਪਿਆਰ ਮੁਹੱਬਤ ਵਾਲਾ ਮੁੱਲ ਕਰਨਾ ਹੈ, ਜਿੱਥੇ ਅਸੀਂ ਜਨਾਬ ਜਿਹੜਾ ਨਾ ਕਿਸੇ ਆਪਦੇ ਵੀਰ ਨੂੰ ਇੱਕ ਨੀਲੀ ਦਾ ਤੋਹਫਾ ਹੀ ਦੇਣਾ ਅੱਲਾ ਦੇ ਫਜ਼ਲ ਨਾਲ। ਇਨਸ਼ਾਅੱਲਾ ਤੋਹਫਾ ਇੰਨੀ ਸੋਹਣੀ, ਮੈਂ 10 ਲੱਖ ਲੈਣੀ ਹੁੰਦੀ ਜਿੰਨੀ ਮੈਂ ਤੇ ਬਰੀਕ ਆ। ਮਾਜ ਪੂਰੀ ਤੇਰੀ ਬਰੀਕ ਹੈ ਨਾ, ਨੀਲੀ ਦੀ ਨਹੀਂ ਤਾਂ ਮੈਂ ਫਰੀ ਦੇਸਾਂ, ਕੋਈ ਮੈਂ ਮੇਰੀ ਨੀਲੀ ਚ ਬਾਹਰ ਕੱਢ, ਯਾਨੀ ਕਿ ਨੀਲੀ ਦੀ ਨਾ ਹੋਵੇ ਤਾਂ ਮਾਜ ਫਰੀ ਦੇਵੇਗਾ, ਪੱਕੀ ਗੱਲ ਹੈ। ਕੋਈ ਬੰਦਾ ਡਾਕਟਰ ਲੈ ਆਵੇ ਇਹਦਾ ਜਨਾਬ, ਬਲੱਡ ਚੈੱਕ ਕਰਾ ਲਈਏ। ਅੱਛਾ ਹੁਣ ਪਿਆਰ ਮੁਹੱਬਤ ਵਾਲੀਆਂ ਗੱਲਾਂ ਕਰ ਰਹੇ, ਜਿਹੜਾ ਪੈਸੇ ਲੈਣੇ ਨਾ, ਇਹਦਾ ਇੱਕੋ ਹੀ ਰੇਟ ਕਰਦੇ, ਜਿਹਦੇ 100 ਵੀ ਘੱਟ ਨਹੀਂ ਕਰਨੀ, ਆਈ ਸਮਝ ਕਿ ਨਹੀਂ ਆਈ? ਪੱਕਾ ਮੂੰਹ, ਇਹਦਾ ਮੂੰਹ ਫੜ ਪਹਿਲੇ, ਮੂੰਹ ਥੋੜਾ ਛੇੜ ਦੀ ਜੋਟੀ ਹੈ ਥੋੜਾ। ਅੱਛਾ, ਚਰਨ ਫਿਰਨ ਵਾਲੀ ਹੈ, ਕੋਈ ਰੱਸੀ ਮੋਰੀ ਤੋਂ ਨਿਸ਼ਾਨ ਵੀ ਖਾਓ ਜੇ। ਅੱਛਾ, ਪੈਰ ਮਾਜ ਦੇ ਰਸਤੇ ਹੋ ਗਏ, ਨਿੱਕੇ ਨਿੱਕੇ ਪੈਰ ਨੇ ਜਿਵੇਂ ਪਿਆਲੀਆਂ ਹੁੰਦੀਆਂ ਨੇ। ਅੱਛਾ, ਹੁਣ ਇਹਦੇ ਜਿਹੜੇ ਪੈਸੇ ਲੈਣੇ ਨਾ ਮੇਰਾ ਵੀਰ, ਉਹ ਗੱਲ ਦੱਸ, ਇੱਕੋ ਹੀ ਗੱਲ ਕਰਦੇ, ਜਿਹਨੇ 100 ਦਾ ਨੋਟ ਵੀ ਘੱਟ ਨਹੀਂ ਕਰਨਾ। ਪੱਕੀ ਗੱਲ? ਪੱਕੀ ਗੱਲ, ਪਿਆਰ ਮੁਹੱਬਤ ਕਰ ਕਿੰਨਾ ਕਰਨਾ, ਮੌਕੇ ਤੇ ਕਰਦੇ, ਚਿੱਟੀਆਂ ਨੰਗੀਆਂ ਗੱਲਾਂ ਕਰਦੇ। ਪੱਕੀ ਗੱਲ, 3,35,000 ਦੀ, 3,35,000 ਦੀ, ਠੀਕ ਹੋ ਗਿਆ, ਠੀਕ ਹੋ ਗਿਆ। ਅਗਰ ਕੋਈ ਜਨਾਬ ਵੀਰ ਮੌਕੇ ਤੇ ਆ ਜਾਂਦਾ ਸਫ਼ਰ ਕਰਕੇ, ਇੰਨੀ ਜਨਾਬ ਦੀਦ ਲਿਆਜ ਕਰਨਾ ਵਿੱਚ ਕੇ, ਪੱਕਾ ਹੀ ਰੇਟ ਕੀਤੀ ਮੈਂ ਕੀਤਾ ਮੋਲ, ਤਾਂ ਲੋਕਾਂ ਤੋਂ 4 ਲੱਖ ਮੰਗੀ ਜਾਂਦਾ। ਅੱਛਾ,
ਇਹਦੇ ਵਿੱਚ ਯਾਨੀ ਕਿ ਇਹ ਪੱਕੀਆਂ ਪੀੜੀਆਂ ਗੱਲਾਂ ਨੇ? ਹਾਂਜੀ ਪੱਕੀਆਂ। ਠੀਕ ਹੋ ਗਿਆ, ਸੋਹਣੀਆਂ ਗੱਲਾਂ ਨੇ। ਮਗਰ ਜੋਤੀ ਮੇਰੀ ਕਮੀ ਕੋਈ ਨੀ ਆਈ, ਸੋਹਣੀ ਜਗ੍ਹਾ ਹਰ ਜਗ੍ਹਾ ਤਾਂ ਨਹੀਂ ਆਉਂਦੀ। ਠੀਕ ਹੈ, ਜਾਨਵਰ ਤੇਰਾ ਸੋਹਣਾ ਮਾਸ਼ਾਅੱਲਾ, ਅਸੀਂ ਇਹ ਗੱਲ ਨਹੀਂ ਕਰਦੇ। ਬਾਕੀ ਇਹ ਸਾਡੇ ਵੀਰਾਂ ਦਾ ਫੈਸਲਾ ਹੁੰਦਾ ਵੇ। ਹਾਂ, ਚੋਟੀ ਤੇਰੀ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਹੈ, ਨਿੱਕੀ ਨਿੱਕੀ ਸਿੰਘੀ ਮੋਛ ਬੱਗੀ ਸਾਰੇ ਹਾਰ ਜੋਟੀ ਜੀ। 21 ਹੈ, 21 ਹਾਰ ਗਿਣ ਕੇ ਮੈਨੂੰ ਅੱਜ ਵਿਖਾ, ਤੇਰਾ ਪਤਾ ਲੱਗੇ ਵਾਕਈ ਜਨਾਬ ਜਿਹੜੇ 21 ਹਾਰ ਕਰਦੇ ਜੇ। ਅੱਛਾ ਨਿੱਕਾ, ਤੂੰ ਇਹ ਗੱਲ ਕਰਦਾ ਪਿਆ ਕਿ ਪੂਰੀ ਜਨਾਬ ਇਹ ਨੀਲੀ ਤੂੰ ਕੋਈ ਇਹਨੂੰ ਕੱਟ ਕੇ ਵਿਖਾਵੇ, ਇਹਦੇ ਆਰ ਮੈਨੂੰ ਦੱਸ, ਜਿਹੜੇ ਮੇਰੇ ਨਵੇਂ ਭਰਾ ਜਨਾਬ ਵੀਡੀਓ ਵੇਖਣ ਵਾਲੇ ਨੇ, ਤਾਂ ਕਿ ਉਹਨਾਂ ਨੂੰ ਸਮਝ ਆਵੇ ਵੀ ਇਹ ਨੀਲੀ ਦਾ ਜਾਨਵਰ ਹੁੰਦਾ। ਠੀਕ ਹੈ, ਇਹਨੂੰ ਦੱਸ ਵੀ ਨਾ ਨੀ ਪੈਂਦੇ ਹੱਡੀ ਹੈ ਆਹ ਜਨਾਬ ਇਹਦਾ ਜੋਟੀ ਦੀ, ਤੂੰ ਹੱਡੀ ਵੇਖ ਕੁਆੜਾ ਹੱਡੀ ਹੈ ਕਿ ਨਹੀਂ? ਠੀਕ ਹੋ ਗਿਆ, ਖੁੱਲਾ ਵੇਖ ਜੋਟੀ ਨੂੰ, ਸੋਹਣਾ ਮਾਸ ਹੈ ਖੁੱਡੇ ਤੇ। ਠੀਕ ਹੋ ਗਿਆ ਵੀ, ਥੱਲੂ ਜਾਲ ਹੀ ਹੈ ਥਣਾ ਤੇ ਵਿਰਲ ਜਾਣੀ ਕੇ? ਹਾਂਜੀ, ਨਹੀਂ ਨਹੀਂ ਵਿਰਲ ਨੀ, ਜਾਲੀ ਕੋਈ ਥਾਣਾ ਤੇ ਅਕਸਰ ਮੱਜਣ ਆਉਂਦੀ ਹੁੰਦੀ, ਥਾਣ ਵੇਖ ਸਾਫ਼ ਆਪੋ, ਕੱਲਾ ਕੱਲਾ ਥਾਣ। ਹਾਂਜੀ ਕੱਲਾ ਕੱਲਾ, ਇਹ ਨੀ ਵੱਜੋ, ਨਿੱਕਾ ਨਿੱਕਾ ਪੈਰ। ਹਾਂਜੀ, ਚਿੱਟੀ ਅੱਖ, ਉੱਛਲ ਵੇਖ ਮੈਂ ਤੇ ਦਾਗੇ ਵਗੈਰਾ, ਜੱਤ ਵੇਖ ਮੈਂ ਤੇ ਗੇਠ ਗੇਠੇ। ਠੀਕ ਹੋ ਗਿਆ, ਅੱਛਾ ਹੁਣ ਦੁਨੀ ਤੇ ਮਰ, ਦੁਨੀ ਦਾ ਨਿਸ਼ਾਨ ਕੋੜੀ ਮਾਜ ਨੂੰ ਵਿਖਾ, ਸਾਰੀ ਸਾਰੀ ਬਰੀਕੀਆਂ ਮਾਜ ਵਿਖਾ, ਬੂਥੀ ਮਾਜ ਦੀ ਵੇਖ ਜੇ ਗਿਲਾਸ ਪਾਣੀ ਪੀ ਲਓ। ਵਾਕਈ ਤੇਰੀ ਗੱਲ ਸਹੀ ਹੈ, ਅਸਲ ਇਹ ਬੂਥੀ ਹੁੰਦੀ ਹੈ। ਹਾਂਜੀ, ਕਿਉਂਕਿ ਮੂੰਹ ਤੇ ਤਾਰੀਫ ਨਹੀਂ ਕਰਨੀ ਚਾਹੀਦੀ, ਲੇਕਿਨ ਜਾਨਵਰ ਦੀ ਕਰਨੀ ਪੈਂਦੀ ਹੈ। ਬਾਵਾ ਜਨਾਬ ਕੋਈ ਮੇਰਾ ਵੀਰ ਨੀਲੀ ਜਮਾ ਸ਼ਾਕ ਰੱਖਦੀ ਹੈ, ਨੀਲੀ ਪਿਓਰ ਨੀਲੀ ਹੈ। ਠੀਕ ਹੋ ਗਿਆ, ਠੀਕ ਹੋ ਗਿਆ, ਅੱਛਾ ਬਣਦੀ ਹੈ, ਡੰਗਰ ਹੋਵੇ ਤਾਂ ਖਿੰਦਾ। ਠੀਕ ਹੋ ਗਿਆ ਤੇਰਾ ਜਾਨਵਰ ਇਨਸ਼ਾਲਾ, ਉਮੀਦ ਕਰਾਂਗਾ ਮੇਰੇ ਭਰਾ ਨੂੰ ਅੱਲਾ ਦੇ ਹੁਕਮ ਨਾਲ ਇਨਸ਼ਾਲਾ ਇਹ ਝੋਟੀ ਦੀ ਵੀਡੀਓ ਪਸੰਦ ਆਵੇਗੀ, ਕਿਉਂਕਿ ਜਾਨਵਰ ਇਨਸ਼ਾਲਾ ਪਸੰਦ ਆਉਂਦਾ ਹੁੰਦਾ ਤੇ ਲੈਣੇ ਦੇਣੇ ਮੁਕੱਦਰ ਸੌਦਾ ਨਾਲ ਨਸੀਬ ਦੇ। 3,35,000 ਇਹਦੇ ਵਿੱਚ ਇਨਸ਼ਾਲਾ ਕੋਸ਼ਿਸ਼ ਕਰਾਂਗੇ। ਬਾਕੀ ਨੰਬਰ ਆਪਣਾ ਜਨਾਬ ਡਿਸਕ੍ਰਿਪਸ਼ਨ ਦੇ ਵਿੱਚ, 0348-0668-88 ਆਪਣਾ ਵਟਸਐਪ ਨੰਬਰ ਹੈ, ਇਹ ਜਨਾਬ ਆਪਣਾ ਵਟਸਐਪ ਨੰਬਰ ਹੈ। ਨਿੱਕਾ ਜਾਣ ਦੇ ਅੱਗੇ ਮੇਰਾ ਸ਼ੇਰ ਆਪਾਂ ਕੋਈ ਨੀ, ਵਟਸਐਪ ਨੰਬਰ ਹੈ ਆਪਣਾ, ਈਮੇਲ ਨੰਬਰ ਹੈ। ਫਿਰਦੀ ਇਨਸ਼ਾਲਾ ਮੇਰੇ ਭਰਾਵਾਂ ਦੇ ਸਾਹਮਣੇ ਮਿਲਾਂਗੇ ਅਗਲੀ ਵੀਡੀਓ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।